ਅਸਲਾਮ ਵਾਲੇਕੁਮ ਜੀ, ਪਟਵਾਰਾ ਲਿਓ ਭਾਬਿਓ, ਕਿਆ ਹਾਲ ਹੈ? ਇਹ ਜਨਾਬ, ਅੱਜ ਮੈਂ ਇੱਕ ਸੰਗੀ ਹੈ ਗਰੀਬ ਜਿਹਾ, ਉਸਨੇ ਡੇਰੇ ਪੁਰ ਆਇਆ, ਐਜ਼ ਰਕ ਬੈਠੇ ਹਾਂ, ਮੈਂ ਕਿ ਜ਼ਰਾ ਕੋਈ ਚਾਹਨੀ ਚੁਸਕੀ ਲਵਾ, ਅਤੇ ਇਹ ਜਨਾਬ ਸੰਭਾਰ ਬੈਠੇ ਹਾਂ ਸਹਿਣ ਚੋ, ਅਤੇ ਪਿੱਛੇ ਜਨਾਬ ਕਰਾਚੀ ਨੇ ਹਿਸਾਬ ਨਾਲ ਬੂਟੇ ਛੂਟੇ ਹੋਣੇ ਨੇ। ਇਹ ਤੱਕੋ ਪਤਾ ਨਹੀਂ ਪਿੱਛੇ ਕਿ ਲੱਗੇ, ਨਿੰਮ ਲੱਗੀ ਹੈ ਜਾਂ ਕਹਿ ਲੱਗੇ ਆ, ਇੱਧਰ ਜਣੇ ਇਸ ਬੇਰੀ ਨੇ ਬੂਟਾ ਵੀ ਲਾਇਆ ਏ, ਇਹ ਤੱਕੋ ਜਾਂਡੋ ਜੰਡ ਵੀ ਲਾਈ ਸੋ, ਅਤੇ ਜਨਾਬ ਇਹ ਪਿੱਛੇ ਬੂਟੀਆਂ ਬਾਟੀਆਂ ਕਿੱਕਰੀਆਂ ਹੈਂ, ਸੋਹਣੀ ਜਾ ਗਿਆ ਰੌਣਕ ਮੇਲਾ ਜਿਹਾ ਬਣਾਇਆ ਸੀ, ਅਤੇ ਫਿਰ ਜਾਣਾ ਇਹ ਵੀ ਮਸਰੂਫ ਹੀ ਆਉਣਾ ਬਾਹਰਾ ਲਿਆ ਬਈ, ਕਦੇ ਕਦੇ ਟਾਈਮ ਮਿਲ ਜਾਣਾ ਫਿਰ ਥੋੜ੍ਹੀ ਗੱਪ ਸ਼ੱਪ ਲਾਈ ਨਾ। ਅਤੇ ਅੱਜ ਕੱਲ੍ਹ ਤੋਂ ਅੰਗਰੇਜ਼ ਗੋਰੇ ਸਾਇੰਸਦਾਨ ਵੀ ਆਉਣੇ ਜੀ, ਸੁਣਿਆ ਬਈ ਜਿਹੜਾ ਕੋਈ ਸੰਗੀਆਂ ਬੇਲੀਆਂ ਮਿਲਿਆ ਕਰੋ, ਕੋਈ ਬੈਠਕ ਆਪਾਂ ਹੀ ਲਾਇਆ ਕਰੋ, ਤੁਹਾਡਾ ਦਿਮਾਗ ਜਿਹੜਾ ਨਾ ਖੁਸ਼ ਰਹਿਣਾ ਉਸ ਨਾਲ, ਬਹੁਤ ਚੰਗੀ ਗੱਲ ਹੈ ਜੀ। ਉਸ ਨਾਲ ਇਹ ਹੋਣਾ ਬਈ ਕੋਈ ਆਪਣੀ ਦਿਲਾਂ ਨਹੀਂ ਬਾਈ, ਕੋਈ ਦਿਲਾਂ ਨਹੀਂ ਸੁਣੀ, ਸੜੀਆਂ ਪੂਜੀਆਂ ਤੋਂ ਬਚਿਆ ਕਰੋ। ਅੱਗੇ ਹੀ ਦੌਰ ਹੀ ਆ ਜਾ ਬਈ, ਖਬਰਾਂ ਸੁਣ ਸੁਣ ਕੇ ਹੀ ਨਾ ਬੰਦਾ ਚੱਲਾ ਹੋ ਜਾਣਾ, ਚੰਗੀ ਖਬਰ ਕੋਈ ਘੱਟ ਹੀ ਦੇਣੇ ਨੇ, ਮਾੜੀਆਂ ਖਬਰਾਂ ਐਡੀਆਂ ਛਾਪਣੇ ਨੂੰ ਬਈ ਕੋਈ ਹਿਸਾਬ ਨਹੀਂ। ਜ਼ਰਾ ਤੱਕ ਇਨਸਾਫ ਹੀ ਹੋਣਾ ਵੀ ਮਾੜੀ ਖਬਰ ਦਿੱਤੀ ਹੈ, ਨਾਲ ਦੁਨੀਆ ਪਰ 100 ਚੰਗੇ ਕੰਮ ਵੀ ਹੋਣੇ, ਉਹ ਵੀ ਤਬਾਇਆ ਕਰੋ ਨਾ।